31 ਜੁਲਾਈ ਨੂੰ ਮੇਰਾ ਅਕਾਊਂਟ ਜਿਹੜਾ ਉਹ ਬੰਦ ਹੋ ਗਿਆ ਕੋਈ ਸ਼ਾਮ ਨੂੰ 4:30 ਵਜੇ। ਮੈਂ ਕੋਸ਼ਿਸ਼ ਕੀਤੀ ਵੀ ਅਕਾਊਂਟ, ਮੈਂ ਇਨਕੁਆਇਰੀ ਕਰਨ ਲਿਆ ਸੀ ਵੀ ਮੇਰਾ ਅਕਾਊਂਟ ਕਿਉਂ ਬੰਦ ਹੋਇਆ ਜਾਂ ਮੇਰੀ ਸਿਮ ਕਿਉਂ ਬੰਦ ਹੋਈ ਆ, ਲੇਕਿਨ ਇਹਦੇ ਬਾਰੇ ਮੈਂ ਨਹੀਂ ਸਮਝ ਸਕਿਆ ਵੀ ਮੇਰੀ ਸਿਮ ਕਿਉਂ ਬੰਦ ਹੋਈ ਹੈ। ਇਹ ਸੋਚਦਾ ਰਿਹਾ ਕਿ ਸ਼ਾਇਦ ਅਕਾਊਂਟ ਬੰਦ ਹੋਇਆ ਕਿ ਸਿਮ ਬੰਦ ਹੋਈ ਹੈ, ਇਹ ਸੋਚਦਾ ਰਿਹਾ ਵੀ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਆ ਜਾਂ ਕੋਈ ਇੰਟਰਨਲ ਕੋਈ ਕੰਪਨੀ ਦੀ ਪ੍ਰੋਬਲਮ ਆ ਜਿਹਦੇ ਨਾਲ ਮੇਰੀ ਸਿਮ ਬੰਦ ਹੋਈ ਆ। ਇਹ ਚੱਕਰ 'ਚ ਮੈਂ 1 ਤਰੀਕ ਤੱਕ ਇੱਦਾਂ ਹੀ ਦੇਖ ਚੈੱਕ ਕਰਦਾ ਰਿਹਾ, ਕੁਛ ਨਹੀਂ ਪਤਾ ਲੱਗਾ। ਸੈਟਿੰਗ 'ਚ ਵੀ ਗਿਆ, ਸੈਟਿੰਗ 'ਚ ਵੀ ਮੈਨੂੰ ਕੁਛ ਪਤਾ ਨਹੀਂ ਲੱਗਾ ਮੋਬਾਈਲ ਸੈਟਿੰਗ 'ਚ। ਉਸ ਤੋਂ ਬਾਅਦ 2 ਤਰੀਕ ਨੂੰ ਮੈਂ ਮੰਡੀ ਫੋਨ ਕੀਤਾ ਵਾ ਕਿ ਸੱਜਣ ਮਿੱਤਰ ਨੂੰ ਯਾਰ ਇੱਦਾਂ ਤਾਂ ਮੇਰੀ ਸਿਮ ਬੰਦ ਹੋ ਗਈ ਹੈ। ਉਹ ਕਹਿੰਦੇ ਕੋਈ ਨਹੀਂ, ਤੁਸੀਂ ਆ ਕੇ ਮੈਨੂੰ ਚੈੱਕ ਕਰਵਾ ਦਿਓ, ਮੈਂ ਦੇਖ ਲੈਂਦਾ ਵੀ ਸਿਮ ਕਿਉਂ ਬੰਦ ਹੋਈ ਹੈ। ਉੱਥੇ ਮੈਂ ਗਿਆ ਵਾਂ ਸਰ, 3 ਤਰੀਕ ਨੂੰ ਸਵੇਰੇ ਗਿਆ ਮੈਂ ਏਅਰਟੈੱਲ ਦੇ ਔਫਿਸ ਮੰਡੀ ਵਾਲੇ 'ਚ ਗਿਆ ਵਾਂ। ਉਹਨਾਂ ਨੂੰ ਮੈਂ ਕਿਹਾ ਮੇਰਾ ਚੈੱਕ ਕਰੋ ਮੇਰੀ ਸਿਮ ਜਿਹੜੀ ਆ ਉਹ ਕਿਉਂ ਨਹੀਂ ਚੱਲਦੀ ਪਈ। ਉਹ ਕਹਿੰਦੇ ਜੀ ਸਿਮ ਤੁਹਾਡੀ ਬੰਦ ਹੋ ਗਈ ਆ, ਪਤਾ ਨਹੀਂ ਕਾਰਨ ਨਹੀਂ ਪਤਾ ਕਿਉਂ ਬੰਦ ਹੋਈ ਆ, ਲੇਕਿਨ ਤੁਹਾਡੀ ਸਿਮ ਆਪਣਾ ਤੁਸੀਂ ਆਧਾਰ ਕਾਰਡ ਦਿਓ ਅਤੇ ਸਿਮ 1/2 ਘੰਟੇ ਦੇ ਅੰਦਰ ਅੰਦਰ ਤੁਹਾਡੀ ਬਲੌਕ ਹੋ ਗਈ, ਚਾਲੂ ਹੋ ਜਾਏਗੀ। ਉਹੀ ਨੰਬਰ ਫਿਰ 1/2 ਘੰਟੇ ਤੱਕ ਨੰਬਰ ਮੇਰਾ ਚਾਲੂ ਹੋ ਗਿਆ, ਲੇਕਿਨ ਉਹਦੇ 'ਚ ਮੇਰੇ ਬੈਂਕ ਦੀ ਐਪ ਮੈਂ ਇੱਕ ਡਾਊਨਲੋਡ ਕੀਤੀ ਸੀ ਉਹ ਚਾਲੂ ਨਹੀਂ ਹੋਈ। ਉਹ ਮੈਂ ਟੋਲ ਫਰੀ ਨੰਬਰ 'ਤੇ ਫੋਨ ਕੀਤਾ, ਉਹਨਾਂ ਨੂੰ ਪੁੱਛਿਆ ਵੀ ਇੱਦਾਂ ਤਾਂ ਮੇਰੀ ਜਿਹੜੀ ਸਿਮ ਆ ਉਹ ਬੰਦ ਹੋ ਗਈ, ਲੇਕਿਨ ਮੇਰੀ ਐਪ ਜਿਹੜੀ ਉਹ ਚੱਲਦੀ ਨਹੀਂ ਪਈ। ਉਹਨਾਂ ਨੇ ਕਿਹਾ ਵੀ ਉਹ ਜਿਹੜੀ ਐਪ ਆ ਉਹਨੂੰ ਪਹਿਲਾਂ ਤੁਸੀਂ ਅਨਇੰਸਟਾਲ ਕਰੋ, ਉਸ ਤੋਂ ਬਾਅਦ ਉਹ ਐਪ ਨੂੰ ਇੰਸਟਾਲ ਕਰੋ, ਦੁਬਾਰਾ ਡਾਊਨਲੋਡ ਕਰ ਲਓ। ਅਤੇ ਦੇਖਿਆ ਮੈਂ ਇੰਸਟਾਲ ਕਰਕੇ, ਸਭ ਤੋਂ ਪਹਿਲਾਂ ਮੈਂ ਆਪਣਾ ਅਕਾਊਂਟ ਚੈੱਕ ਕੀਤਾ, ਮੈਂ ਦੇਖਿਆ ਤਾਂ ਮੇਰੇ ਅਕਾਊਂਟ 'ਚ 68,000 ਰੁਪਈਆ ਡੈਬਿਟ ਹੋ ਚੁੱਕਾ ਸੀ। ਇਨ ਦਾ ਮੇਨ ਟਾਈਮ ਬੇਟੇ ਨੂੰ ਪਤਾ ਲੱਗ ਗਿਆ, ਬੇਟਾ ਗੁੜਗਾਂਵ ਹੁੰਦਾ, ਉਹਨੇ ਮੈਨੂੰ ਕਿਹਾ ਕਹਿੰਦਾ ਪਾਪਾ ਇਹ ਤੁਹਾਡਾ ਇੱਕ ਅਕਾਊਂਟ ਬੰਦ ਹੋ ਗਿਆ, ਆਪਣਾ ਚੈੱਕ ਕਰੋ ਦੂਜਾ ਅਕਾਊਂਟ ਵੀ। ਦੂਸਰਾ ਅਕਾਊਂਟ ਮੇਰਾ ਓਡੀ ਲਿਮਿਟ ਸੀਗੀ, ਮੇਰੀ 10 ਲੱਖ ਦੀ ਲਿਮਿਟ ਜਿਹੜੀ ਆ ਉਹ ਫੁੱਲੀ ਐਗਜ਼ਾਸਟ ਹੋ ਗਈ ਸੀ, ਸਾਰੇ ਪੈਸੇ ਉਹਦੇ 'ਚੋਂ ਵੀ ਨਿਕਲ ਚੁੱਕੇ ਸੀ। 4 ਟ੍ਰਾਂਜੈਕਸ਼ਨਾਂ ਸੀ ਜਿਹਦੇ 'ਚ ਕੋਈ ਵੀ ਪੈਸਾ ਨਹੀਂ ਰਿਹਾ ਸੀ। ਮੈਂ ਉਹ ਮੈਂ ਕਿਹਾ ਕਿ ਚਲੋ ਕੰਮ ਖਰਾਬ ਆ, ਲੇਕਿਨ ਮੈਂ ਉਸ ਵੇਲੇ ਥਾਣਾ ਸਿਟੀ ਗਿਆ, ਉਹਨਾਂ ਨੇ ਕਿਹਾ ਜੀ ਤੁਹਾਡੀ ਕੰਪਲੇਂਟ ਜਿਹੜੀ ਆ ਉਹ ਸਾਈਬਰ ਥਾਣੇ 'ਚ ਹੋਣੀ ਆ, DC ਆਫਿਸ ਉੱਥੇ ਚਲੇ ਜਾਓ। ਉੱਥੇ ਗਿਆ, ਉੱਥੇ ਮੈਂ ਉਹ ਕਹਿੰਦੇ ਜੀ ਕੰਪਲੇਂਟ ਤੁਹਾਡੀ ਔਨਲਾਈਨ ਹੋਣੀ ਆ। ਔਨਲਾਈਨ ਕੰਪਲੇਂਟ ਮੈਂ ਕਰਦਾ ਰਿਹਾ, ਮੈਨੂੰ ਉੱਥੇ 3-4 ਘੰਟੇ ਲੱਗੇ, ਲੇਕਿਨ ਮੇਰੀ ਜਿਹੜੀ ਕੰਪਲੇਂਟ ਉਹ ਮੈਚਿਓਰ ਨਹੀਂ ਹੋਈ, ਕਾਰਨ ਕਿ ਉਹ ਨੈਟਵਰਕ ਨਹੀਂ ਹੈਗਾ। ਮੈਂ ਗਿਆ ਘਰ ਆ ਗਿਆ ਵਾਂ, 1:30 ਮੈਂ ਅਚਾਨਕ ਮੈਂ ਕਿਹਾ ਮੈਂ ਦੇਖਦਾ ਨੰਬਰ, ਮੈਂ ਉਹ ਡਾਇਲ ਕੀਤਾ ਅਤੇ ਨੰਬਰ ਮਿਲ ਗਿਆ, ਅਤੇ ਮੈਂ ਆਪਣੀ ਕੰਪਲੇਂਟ ਜਿਹੜੀ ਆ ਜੋ ਵੀ ਉਹਨਾਂ ਨੇ ਮੇਰੇ ਕੋਲ ਪੁੱਛਿਆ ਮੈਂ ਉਹਨਾਂ ਨੂੰ ਲਿਖਵਾ ਦਿੱਤਾ, ਕੰਪਲੇਂਟ ਮੇਰੀ ਲੌਜ ਹੋ ਗਈ। ਉਸ ਤੋਂ ਬਾਅਦ ਇੱਕ ਮੈਸੇਜ ਆ ਗਿਆ ਵੀ ਤੁਹਾਨੂੰ ਇੱਕ ਲਿੰਕ ਭੇਜਾਂਗੇ, ਉਸ ਲਿੰਕ 'ਤੇ ਤੁਸੀਂ ਆਪਣੀ ਸਾਰੀ ਡਿਟੇਲ ਸਾਰੀ ਦੇਣੀ ਆ, ਜੇ ਉਹ ਤੁਸੀਂ ਡਿਟੇਲ ਭਰ ਕੇ ਕੰਪਲੇਂਟ ਹੋ ਗਈ ਆ। ਲੇਕਿਨ ਕੀ ਲੱਗਦਾ ਮਾਮਲੇ 'ਚ ਕਿੱਦਾਂ ਠੱਗੀ ਹੋਈ ਹੈ, ਕਿੰਨੇ ਪੈਸੇ ਕਢਵਾਏ? ਇਹਦੇ 'ਚ ਜੀ ਮੇਰੇ 68,000 ਰੁਪਈਆ ਸੇਵਿੰਗ 'ਚੋਂ ਗਿਆ, 10 ਲੱਖ ਰੁਪਈਆ ਓਡੀ ਲਿਮਿਟ ਆ ਮੇਰੀ ਜਿਹੜੀ ਅਕਾਊਂਟ ਆ, ਜਿਹੜਾ ਸੇਵਿੰਗ ਅਕਾਊਂਟ ਮੇਰਾ ਪੈਨਸ਼ਨ ਅਕਾਊਂਟ ਸੀਗਾ। ਨਹੀਂ ਨਹੀਂ, ਜਿਹੜੇ ਜਿਹਦੇ 'ਚ ਪੈਸੇ ਗਏ ਆ ਉਹ ਕਿੱਥੋਂ ਦੇ ਅਕਾਊਂਟ ਆ? ਔਰ ਮੈਂ ਦੱਸਦਾ ਜੀ, 10,68,000 'ਚ 8 ਟ੍ਰਾਂਜੈਕਸ਼ਨਾਂ ਹੋਈਆਂ ਵਾਂ, ਜਿਨ੍ਹਾਂ ਦੇ ਵਿੱਚੋਂ 2 ਛੋਟੀ ਟ੍ਰਾਂਜੈਕਸ਼ਨਾਂ ਪੇਟੀਐਮ ਦੀਆਂ ਹੋਈਆਂ ਵਾਂ, 1-2 ਪੇਮੈਂਟ ਫੇਸਬੁੱਕ ਮੈਨੇਜਰ ਨੂੰ ਗਈ ਆ, ਬਾਕੀ ਮੋਟੀ ਜਿਹੜੀ ਟ੍ਰਾਂਜੈਕਸ਼ਨਾਂ ਹੋਈਆਂ ਵਾਂ ਉਹ
ਦਮੋਹ ਐਮ ਪੀ ਦੇ ਵਿੱਚ ਆਈ ਡੀ ਬੀ ਆਈ ਬੈਂਕ ਆ, ਉੱਥੇ 2.5 ਲੱਖ ਰੁਪਈਆ ਗਿਆ ਜੀ, 2 ਲੱਖ ਦੀ ਇੱਕ ਐਂਟਰੀ ਆ, 50,000 ਦੀ ਇੱਕ ਐਂਟਰੀ ਆ, ਉਹ ਉੱਥੇ ਆਈ ਡੀ ਬੀ ਆਈ ਬੈਂਕ 'ਚ 2 ਐਂਟਰੀਆਂ ਜਿਹੜੀਆਂ ਵਾ ਉਹ ਕੈਨਰਾ ਬੈਂਕ ਕੈਲਕਟੇ ਦੀਆਂ ਵਾ, ਔਰ ਇੱਕ ਐਂਟਰੀ ਯੂਨੀਅਨ ਬੈਂਕ ਆਫ ਇੰਡੀਆ ਕੈਲਕਟਾ ਦੀ ਆ। ਮਾਮਲਾ ਸਿਮ ਹੈਕ ਕਰਨ ਦਾ ਨਾਲ ਬੈਂਕ ਨਾਲ ਜੁੜਿਆ, ਟ੍ਰਾਂਜੈਕਸ਼ਨਾਂ ਬੈਂਕ ਦੇ ਥਰੂ ਹੋਈਆਂ, ਲੱਗਦਾ ਕਿ ਕੋਈ ਬੈਂਕ ਇੰਪਲੋਈ ਜਾਂ ਕੰਪਨੀ ਦਾ ਏਅਰਟੈਲ ਕੰਪਨੀ ਦਾ ਮੁਲਾਜ਼ਮ ਵੀ ਹੋ ਸਕਦਾ ਇਹਦੇ 'ਚ ਜੀ? ਦੇ ਜੋ ਮੈਨੂੰ ਦਿਖਾਈ ਦਿੰਦਾ ਵਾ ਜਾਂ ਜੋ ਲੱਗਦਾ ਵਾ ਜਾਂ ਜੋ ਟ੍ਰਾਂਜੈਕਸ਼ਨਾਂ ਤੋਂ ਪਤਾ ਲੱਗਦਾ ਵਾ, ਮੈਨੂੰ ਕੋਈ ਵੀ ਓ ਟੀ ਪੀ ਜਾਂ ਕੋਈ ਮੈਸੇਜ ਇਸ ਬਾਰੇ ਬੈਂਕ ਕੋਲੋਂ ਨਹੀਂ ਆਇਆ ਕਿ ਤੁਹਾਡੇ ਪੈਸੇ ਜਾ ਰਹੇ ਆ ਜਾਂ ਪੈਸੇ ਤੁਹਾਡੇ ਇਹ ਟ੍ਰਾਂਜੈਕਸ਼ਨ ਤੁਹਾਡੀ ਹੋ ਰਹੀ ਆ, ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ, ਮੇਰੇ ਕੋਲ ਕੋਈ ਮੈਸੇਜ ਨਹੀਂ ਆਇਆ ਜਿਹਦੇ 'ਚ ਮੈਨੂੰ ਇਹ ਸ਼ੱਕ ਹੁੰਦਾ ਵਾ ਹੋ ਸਕਦਾ ਇਹਦੇ 'ਚ ਬੈਂਕ ਦੀ ਵੀ ਕਿਤੇ ਨਾ ਕਿਤੇ ਇਨਵਾਲਵਮੈਂਟ ਹੈਗੀ ਆ। ਨੰਬਰ 2, ਜਿਹੜੀ ਮੇਰੀ ਇਹ ਜਿਹੜੀ ਸਿਮ ਬੰਦ ਹੋਈ ਆ ਉਹ 'ਚ ਵੀ ਮੈਨੂੰ ਇਹ ਲੱਗਦਾ ਕਿ ਇਹਦੀ ਥਾਰੋਲੀ ਪੂਰੀ ਤਰ੍ਹਾਂ ਮੇਰੀ ਐੱਫ ਆਈ ਆਰ 'ਚ ਮੈਂ ਰਿਕੁਐਸਟ ਕਰਾਂਗਾ ਕਿ ਮੈਨੂੰ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਏਅਰਟੈਲ ਕੰਪਨੀ ਦੀ, ਤਾਂ ਕਿ ਇਹ ਪਤਾ ਲੱਗੇ ਕਿ ਏਅਰਟੈਲ ਕੰਪਨੀ ਨੇ ਮੇਰੀ ਰਿਕੁਐਸਟ ਬਗੈਰ ਮੇਰੀ ਸਿਮ ਕਿੱਦਾਂ ਬੰਦ ਕੀਤੀ ਔਰ ਕਿਉਂ ਬੰਦ ਕੀਤੀ। ਇੱਕ ਬੈਂਕ ਮੁਲਾਜ਼ਮ ਅਧਿਕਾਰੀ ਸੀ ਖੰਨੇ ਦੇ, ਉਹਨਾਂ ਨਾਲ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਇਆ, ਲੱਗਦਾ ਕਿ ਕੋਈ ਐਸਾ ਗਿਰੋਹ ਹੋ ਸਕਦਾ ਜਿਹੜਾ ਬੈਂਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ? ਇਸੇ ਕਰਕੇ ਸਰ ਮੈਂ ਕਹਿ ਰਿਹਾ ਵਾਂ ਕਿ ਜਿਹੜੀ ਮੈਨੂੰ ਇਹ ਸ਼ੱਕ ਲੱਗਦਾ ਵਾ ਕਿ ਜਿਹੜੇ ਬੈਂਕ ਇੰਪਲਾਈ ਇਹਦੇ 'ਚ ਇਨਵਾਲਵਮੈਂਟ, ਤਾਂ ਮੈਂ ਕਹਿ ਰਿਹਾ ਕਿਉਂਕਿ ਜੋ ਕੁਛ ਵੀ ਹੋ ਰਿਹਾ ਵਾ, ਹੋਰ ਵੀ ਮੈਂ 2-4 ਨਿਊਜ਼ ਪੜ੍ਹੀਆਂ ਵਾਂ ਜਿਹਦੇ ਵਿੱਚ ਰਿਟਾਇਰਡ ਇੰਪਲਾਈ ਔਰ ਪੀ ਐੱਨ ਬੀ ਦੇ ਵਿੱਚ, ਪਰਟੀਕੁਲਰਲੀ ਪੀ ਐੱਨ ਬੀ ਦੇ ਇੰਪਲਾਈ ਜਿਹੜੇ ਆ ਰਿਟਾਇਰਡ ਇੰਪਲਾਈ ਇਫੈਕਟ ਹੋ ਰਹੇ ਆ।